ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਣੀਆਂ ਦੀ ਜਿੱਥੇ ਕਿ ਉਹ ਆਪਣੇ ਇੰਟਰਵਿਊ ਦੇ ਵਿੱਚ ਇੱਕ ਫੋਰਨਰ ਕੁੜੀ ਦੀ ਉਦਾਹਰਨ ਦਿੰਦੀ ਹੈ ਕਿ ਮੈਨੂੰ ਇੱਕ ਫੋਰਨਰ ਕੁੜੀ ਮਿਲੀ ਤੇ ਉਸਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਮੈਨੂੰ ਛੋਟੀ ਹੁੰਦੀ ਨੂੰ ਜਦੋਂ ਘਰੋਂ ਬਾਹਰ ਭੇਜਦੀ ਹੁੰਦੀ ਸੀ ਤਾਂ ਮੇਰੇ ਪਰਸ ਦੇ ਵਿੱਚ ਇੱਕ ਪ੍ਰੈਗਨਨਸੀ ਤੋਂ ਜਿਹੜੀ ਰੋਕਣ ਵਾਲੀ ਮੈਡੀਸਨ ਹੁੰਦੀ ਆ ਮਤਲਬ ਕਿ ਜਿਹੜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਆ ਉਸ ਨੂੰ ਖਤਮ ਕਰਨ ਵਾਲੀ ਇੱਕ ਮੈਡੀਸਨ ਹੁੰਦੀ ਆ ਉਹ ਰੱਖ ਦਿੰਦੀ ਸੀ ਤੇ ਕਹਿੰਦੀ ਹੁੰਦੀ ਸੀ ਕਿ ਤੇਰਾ ਜਿੱਥੇ ਜੇ ਕਰਦਾ ਤੂੰ ਉੱਥੇ ਘੁੰਮ ਸਕਦੀ ਆ ਪਰ ਇਹ ਮੈਡੀਸਨ ਨਾਲ ਜ਼ਰੂਰ ਰੱਖੀ ਰਹਿਣਾ ਚਾਹਣੀ ਜਿਵੇਂ ਮਰਜ਼ੀ ਰਹਿਣਾ ਚਾਹਣੀ ਆ ਕਿਸੇ ਵੀ ਮੁੰਡੇ ਨਾਲ ਤੂੰ ਰਹਿ ਸਕਦੇ ਤੇ ਇਹ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਤੁਸੀਂ ਪਹਿਲਾਂ ਛੋਟੀ ਜਿਹੀ ਕਲਿੱਪ ਜ਼ਰੂਰ ਸੁਣਾਓ ਇੱਕ ਫੋਰਨਰ ਹੁੰਦੀ ਹੈ ਜਿਨ੍ਹਾਂ ਨੇ ਕੀ ਹੁੰਦਾ ਹੈ ਕਿ ਨੇ ਆਪਣੀ ਬੇਟੀ ਨੂੰ ਆ ਕੰਟਰੋਸੈਪਟਿਵ ਪਿਲਸ ਦੇ ਕੇ ਭੇਜਿਆ ਹੁੰਦੀ ਉਹਦੇ ਬੈਗ 'ਚ ਹੁੰਦੀ ਹੈ ਤੇ ਉਹਦੀ ਫਰੈਂਡ ਉਹਨੂੰ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੀ ਮੇਰੇ ਮਦਰ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਾ ਦੁਨੀਆ ਘੁੰਮ ਕਿਸੇ ਚੀਜ਼ ਸੇ ਡਰਨਾ ਨਹੀਂ ਐਕਸੀਡੈਂਟਸ ਡੂ ਹੈਪਨ ਹੁੰਦੇ ਐਕਸੀਡੈਂਟ ਬਟ ਆਪਦੀ ਜ਼ਿੰਦਗੀ ਨਹੀਂ ਛੱਡ ਦੇਣੀ ਹਾਂਜੀ ਕਲਿੱਪਤ ਲਈ ਹੁਣ ਤੁਸੀਂ ਦੇਖ ਤੇ ਇਸ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਿਓ ਤੇ ਬਾਕੀ ਇਸ ਬਾਰੇ ਇੱਕ ਮੁੰਡੇ ਨੇ ਚੰਗਾ ਜਵਾਬ ਦਿੱਤਾ ਤਾਂੀਆਂ ਨੂੰ ਤੁਸੀਂ ਉਹ ਵੀ ਅੱਗੇ ਛੋਟੀ ਜਿਹੀ ਕਲਿੱਪ ਜਰੂਰ ਸੁਣ ਦੇਖੋ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਵੀ ਦੇ ਕੋਈ ਇੰਟਰਵਿਊ ਦੇਖਦਾ ਸੀ ਕੋਈ ਫਿਲਮਾਂ ਚੋਂ ਬੀਬੀ ਉਹ ਆਪਦੀ ਇੰਟਰਵਿਊ 'ਚ ਇਹ ਗੱਲ ਬੋਲ ਰਹੀ ਹੈ ਵੀ ਸਾਡੇ ਲੋਕ ਸੰਕੀਰਣ ਹੈ ਜੀ ਸਾਡੇ ਲੋਕਾਂ ਨੂੰ ਹੋਰ ਖੁੱਲਣਾ ਚਾਹੀਦਾ ਹਜੇ ਦੇਖੋ ਹੁਣ ਜਿਹੜਾ ਖੁੱਲੇ ਐ ਇਤੋਂ ਵੀ ਜ਼ਿਆਦਾ ਖੁੱਲਣਾ ਚਾਹੀਦਾ ਬਿੱਲੀੜੇ ਲਾ ਕੇ ਹਾਂ ਮਤਲਬ ਆਜੋ ਨਾ ਜਿਉ ਨੂੰ ਲੱ ਬਿਪੱਤ ਐਕਸੀਡੈਂਟ ਹੋ ਜਾਂਦੇ ਹੁੰਦੇ ਆ ਪਰ ਜ਼ਿੰਦਗੀ ਜਾਣੀ ਨਹੀਂ ਛੱਡੀ ਕੈਸੀ ਬੇਕੂਫ ਮਾਂ ਹੋ ਗਈ ਉਹ ਤੇ ਤੂੰ ਮਤਲਬ ਜਿਹੜੀ ਇਹ ਬੀਬੀ ਆ ਇਹ ਕੀ ਕਹਿਣਾ ਚਾਹੁੰਦੀ ਆ ਵੀ ਪੰਜਾਬ ਚਾਹ ਹੈ ਗੱਲਾਂ ਹੁਣ ਬਿਲਕੁਲ ਪੰਜਾਬ ਦੀਆਂ ਮਾਵਾਂ ਆਪਦੀਆਂ ਕੁੜੀਆਂ ਦੇ ਪਾਸਾਂ ਚ ਪਾ ਕੇ ਆ ਭੇਜਣ ਇਹ ਮਾਡਰਨ ਹੋਣਾ ਹੁੰਦਾ ਇਹਨੂੰ ਤੁਸੀਂ ਮਾਡਰਨ ਹੋਣਾ ਕਹਿੰਦੇ ਆ ਜੇ